ਮਰਗੋਸਾ ਘੁੰਮਣ ਵਾਲਾ ਝੂਲਾ। ਇਹ ਅਦਭੁਤ ਮਰਗੋਸਾ ਘੁੰਮਣ ਵਾਲਾ ਝੂਲਾ ਮਰਗੋਸਾ ਪੌਡ ਅਤੇ ਅਕੇਸੀਆ ਥੌਰ ਨਾਲ ਬਣਾਇਆ ਜਾ ਸਕਦਾ ਹੈ, ਜੋ ਕਿ ਗਰੀਬ ਦੇਸ਼ਾਂ ਵਿੱਚ ਮੁਫਤ ਮਿਲਦੇ ਹਨ। ਰਬੜ ਦੇ ਥੱਲੇ ਉੱਪਰ ਇੱਕ ਛੋਟੀ ਜਿਹੀ ਡੰਡੀ ਖੜੀ ਕਰ ਲਓ। ਸੂਈ ਜਾਂ ਲੰਬਾ ਅਕੇਸੀਆ ਥੌਰਨ ਡੰਡੀ ਦੇ ਉੱਪਰ ਜੋੜ ਦਿਓ। ਥੌਰਨ ਦੇ ਕੋਨਿਆਂ ਉੱਪਰ ਦੋ ਮਰਗੋਸਾ ਪੌਡ ਜੋੜ ਦਿਓ। ਇਹ ਥੌਰਨ ਅਤੇ ਦੋ ਪੌਡਾਂ ਦਾ ਜੋੜਾ ਅਕੇਸੀਆ ਥੌਰਨ ਦੀ ਨੋਕ 'ਤੇ ਜੋੜ ਦਿਓ। ਇਹ ਸਾਰਾ ਕੁਝ ਬੜੇ ਆਰਾਮ ਨਾਲ ਘੁੰਮੇਗਾ। ਇਸੇ ਤਰ੍ਹਾਂ ਥੌਰਨ ਅਤੇ ਦੋ ਪੌਡਾਂ ਦੇ ਬਹੁਤ ਸਾਰੇ ਸੰਗਠਨ ਬਣਾ ਲਿਓ। ਇਹੋ ਜਿਹੇ ਦੋ ਸੰਗਠਨ ਪਹਿਲਾਂ ਥੌਰਨ ਦੇ ਕੋਨਿਆਂ ਦੇ ਕੋਲ ਰੱਖ ਲਓ। ਤੁਸੀਂ ਦੇਖੋਗੇ ਕਿ ਇਹ ਆਰਾਮ ਨਾਲ ਸੰਤੁਲਿਤ ਹੋ ਜਾਣਗੇ। ਹੁਣ ਖੱਬੇ ਥੌਰਨ ਉੱਪਰ ਇੱਕ ਹੋਰ ਰੱਖ ਦਿਓ। ਇਹ ਸਾਰੇ ਨੂੰ ਖੱਬੇ ਪਾਸੇ ਵੱਲ ਮੋੜ ਦੇਵੇਗਾ। ਹੁਣ ਸੱਜੇ ਥੌਰਨ 'ਤੇ ਦੋ ਹੋਰ ਰੱਖ ਦਿਓ। ਇਹ ਸੰਤੁਲਨ ਨੂੰ ਦੁਬਾਰਾ ਬਣਾ ਲਵੇਗਾ। ਹੁਣ ਸਟਰਾਅ ਨਾਲ ਪਹਿਲਾਂ ਥੌਰਨ ਨੂੰ ਥੋੜ੍ਹਾ ਜਿਹਾ ਘੁਮਾਓ। ਜਦੋਂ ਇੱਕ ਵਾਰ ਇਹ ਰਫ਼ਤਾਰ ਫੜ ਲਵੇਗਾ ਤਾਂ ਫਿਰ ਸਾਰਾ ਕਾਫ਼ੀ ਦੇਰ ਤੱਕ ਘੁੰਮਦਾ ਰਹੇਗਾ। ਇਸ ਨੂੰ ਬਣਾਉਣ ਲਈ ਕੋਈ ਪੈਸਾ ਖਰਚ ਨਹੀਂ ਹੁੰਦਾ। ਇਹ ਖੂਬਸੂਰਤੀ ਨਾਲ ਘੁੰਮਣ ਵਾਲਾ ਝੂਲਾ ਕੁਦਰਤੀ ਚੀਜ਼ਾਂ ਤੋਂ ਬਣਾ ਕੇ ਖੂਬ ਆਨੰਦ ਦੇਵੇਗਾ।